ਮੇਰੇ ਪੰਮਾ ਬੋਲਦਾ ਕਹਿਣ ਲੱਗੀ ਚਮਚ ਕਿਹੜਾ ਕਿਹੜਾ ਯੂਜ ਕਰੂਗਾ ਅਸੀਂ ਨਹੀਂ ਕਰਦੇ ਚਮਚਾ ਯੂਜ ਅਸੀਂ ਕਾਰਵਾਈ ਵੱਡੀ ਹੁੰਦੀ ਹੈ ਗੇਜੇ ਗੇਜੇ ਦਾ ਰੋਲ ਕਿਵੇਂ ਲੱਗਿਆ ਬਹੁਤ ਵਧੀਆ ਬਾਈ ਗੇਜਾ ਪੂਰਾ ਸਿਰ ਹੈ ਸਾਬਣ ਤਾਂ ਨਹੀਂ ਚੱਕੂਗਾ ਕੋਈ ਮੇਰੇ ਵੀ ਜ਼ਰਾ ਲਾਇਆ ਪੰਮੇ ਨੇ ਸੋ ਫਾਈਨਲੀ ਜੀ ਪੰਜਾਬੀਆਂ ਦਾ ਇੰਤਜ਼ਾਰ ਖਤਮ ਹੋ ਚੁੱਕਿਆ ਕਿਉਂਕਿ ਵਾਰਨਿੰਗ 2 ਥੀਏਟਰਸ ਦੇ ਵਿੱਚ ਲੱਗ ਚੁੱਕੀ ਹੈ ਮੇਰੇ ਖਿਆਲ ਤੋਂ ਵਾਰਨਿੰਗ ਦੇਖਣ ਤੋਂ ਬਾਅਦ ਨਾ ਪੰਜਾਬੀਆਂ ਨੂੰ ਸਪੈਸ਼ਲੀ ਬਹੁਤ ਜ਼ਿਆਦਾ ਵੇਟ ਸੀ ਕਿ ਬਈ ਪੰਮਾ ਹੁਣ ਕਦੋਂ ਵਾਪਸ ਆ ਰਿਹਾ ਹੁਣ ਫਾਈਨਲੀ ਪੰਮੇ ਦੇ ਨਾਲ ਗੇਜਾ ਐਂਡ ਸਿਟੀ ਤੇ ਹੋਰ ਬਹੁਤ ਸਾਰੇ ਲੋਕ ਜਿਵੇਂ ਕੀਪਾ ਹੋ ਗਿਆ ਸਾਰੇ ਵਾਪਸ ਆ ਚੁੱਕੇ ਨੇ ਵਾਰਨਿੰਗ 2 ਲੈ ਕੇ ਐਂਡ ਅੱਜ ਅਸੀਂ ਆਏ ਜੀ ਵਾਰਨਿੰਗ 2 ਦਾ ਰਿਵਿਊ ਕਰਨ ਤੁਹਾਨੂੰ ਦਿਖਾਉਂਦੇ ਹਾਂ ਜੀ ਆਡੀਅੰਸ ਕਿੰਨਾ ਐਕਚੁਅਲ 'ਚ ਇਸ ਫਿਲਮ ਨੂੰ ਪਸੰਦ ਕਰ ਰਹੀ ਹੈ ਐਂਡ ਤੁਹਾਨੂੰ ਹੋਰ ਦਿਖਾਉਂਦੇ ਹਾਂ ਜੀ ਕੀ ਗੱਲਾਂ ਬਾਤਾਂ ਲੋਕਾਂ ਨਾਲ ਹੋਈਆਂ ਨੇ ਆਜੋ ਮੈਮ ਕਿਵੇਂ ਲੱਗੀ ਤੁਹਾਨੂੰ ਵਾਰਨਿੰਗ 2 ਫਿਲਮ ਬੜੀਆ ਬਹੁਤ ਜ਼ਿਆਦਾ ਇੰਜੋਏ ਕੀਤੀ ਬਹੁਤ ਜ਼ਿਆਦਾ ਮੇਰੇ ਕੰਮ ਕਿਵੇਂ ਲੱਗਿਆ ਬਹੁਤ ਜ਼ਿਆਦਾ ਫਨੀ ਬਹੁਤ ਜ਼ਿਆਦਾ ਫਨੀ ਹਿੱਟ ਹੋ ਗਈ ਫਿਲਮ ਹਾਂਜੀ ਪੱਕਾ ਕਿਵੇਂ ਲੱਗੀ ਫਿਲਮ ਬਹੁਤ ਵਧੀਆ ਇਹਨੇ ਪਿੰਡੂਆਂ ਨੂੰ ਪੰਮਾ ਬੜਾ ਕਹਿਣ ਲੱਗ ਰਿਹਾ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਅਲੱਗ ਕੀ ਲੱਗਿਆ ਕੀ ਬਈ ਫਿਲਮ ਪੰਮੇ ਨੇ ਅਗਲੇ 'ਚ ਚਾਹ ਪਲਾਉਣੀ ਹੈ ਜੀ ਗਿੱਪੀ ਬਾਈ ਦਾ ਕੰਮ ਕਿਵੇਂ ਹੈ ਸਿਰਾ ਬਾਈ ਸਿਰਾ ਬਾਈ ਕਿਵੇਂ ਲੱਗੀ ਕਹਿਣ ਲੱਗੀ ਮੇਰੇ ਪੰਮਾ ਬੋਲਦਾ ਕਹਿਣ ਲੱਗੀ ਬਈ ਮੇਰੇ ਐਂਡ ਮੇਰੇ ਸਿਰੇ ਗ੍ਰੇਟ ਗ੍ਰੇਟ ਵੀਰ ਕਿਹੜੀ ਚੀਜ਼ ਵਧੀਆ ਲੱਗੀ ਫਿਲਮ ਬਹੁਤ ਵਧੀਆ ਲੱਗੀ ਬਈ ਸਾਰੀ ਕੇਜੇ ਦਾ ਕੰਮ ਕਹਿਣ ਲੱਗਿਆ ਪਹਿਲੇ ਲਈ ਵਾਰਨਿੰਗ ਘੈਂਟ ਲੱਗੀ ਕਿ ਜੈਸਮੀਨ ਬਸੀਨ ਗੇਜੇ ਦਾ ਕੰਮ ਕਿਵੇਂ ਲੱਗਿਆ ਮੋਮਜੀਆਂ ਵਾਰਨਿੰਗ 3 ਦੀ ਕਿਵੇਂ ਲੱਗੀ ਬਾਈ ਫਿਲਮ ਵਧੀਆ ਸੀ ਬਹੁਤ ਹਾਂਜੀ ਗਿੱਪੀ ਦੀ ਐਕਟਿੰਗ ਕਿਵੇਂ ਲੱਗੀ ਬਹੁਤ ਵਧੀਆ ਮੰਮੇ ਦੀ ਵਧੀਆ ਵਧੀਆ ਚੰਮਚ ਦਾ ਰੋਲ ਕਿਵੇਂ ਲੱਗਿਆ ਬਹੁਤ ਵਧੀਆ ਬਾਈ ਸਿਰਾ ਗੱਲਬਾਤ ਕਰਦਾ ਬਹੁਤ ਵਧੀਆ ਠੀਕ ਹੈ ਬਾਈ ਗਿੱਪੀ ਦਾ ਕੰਮ ਸਹੀ ਲੱਗਿਆ ਬਹੁਤ ਵਧੀਆ ਬਹੁਤ ਵਧੀਆ ਕਿਵੇਂ ਲੱਗੀ ਬਾਈ ਫਿਲਮ ਚੰਗੀ ਸੀ ਜੀ ਮੰਮੇ ਦਾ ਕੰਮ ਕਿਵੇਂ ਲੱਗਿਆ ਬਹੁਤ ਸੋਹਣੀ ਫਿਲਮ ਹੈ ਜੀ ਐਕਸ਼ਨ ਕਿਵੇਂ ਲੱਗਿਆ ਕਿਉਂਕਿ ਨਵਾਂ ਐਕਸ਼ਨ ਮਸਤ ਵਧੀਆ ਸੀਗਾ ਜੈਸਮੀਨ ਬਸੀਨ ਕਿਵੇਂ ਲੱਗੀ ਹਾਂਜੀ ਵਧੀਆ ਲੱਗੀ ਬਾਈ ਕਿਵੇਂ ਲੱਗੀ ਫਿਲਮ ਬਹੁਤ ਵਧੀਆ ਬਹੁਤ ਵਧੀਆ ਜੋਏ ਕੀ ਐਕਸ਼ਨ ਦੇ ਫੱਟੇ ਚੱਕੇ ਬਾਈ ਪੂਰੇ ਬਹੁਤ ਵਧੀਆ ਗੇਜੇ ਦੀ ਐਕਟਿੰਗ ਬਾਈ ਚਮਚ ਕਿਹੜਾ ਕਿਹੜਾ ਯੂਜ਼ ਕਰੂਗਾ ਅਸੀਂ ਨਹੀਂ ਕਰਦੇ ਚਮਚਾ ਯੂਜ਼ ਅਸੀਂ ਕਾਰਵਾਈ ਵੱਡੀ ਹੁੰਦੀ ਹੈ ਗੇਜੇ ਗੇਜੇ ਦਾ ਰੋਲ ਕਿਵੇਂ ਲੱਗਿਆ ਬਹੁਤ ਵਧੀਆ ਬਾਈ ਐਕਸ਼ਨ ਕਿਹੜੀ ਗੇਜਾ ਪੂਰਾ ਸਿਰ ਹੈ ਸਾਬਣ ਤਾਂ ਨਹੀਂ ਚੱਕੂਗਾ ਕੋਈ ਮੇਰੇ ਵੀ ਜ਼ਰਾ ਲਾਇਆ ਪੰਮੇ ਨੇ ਸਾਬਣ ਨਹੀਂ ਚੱਕਣੀ ਸਾਬਣ ਨਹੀਂ ਚੱਕਣੀ ਸਾਬਣ ਗਿਰਨ ਹੀ ਨਹੀਂ ਦੇਣੀ ਘੈਂਟ ਲੱਗੀ ਬਾਈ ਰੋਲ ਘੈਂਟ ਪੰਮੇ ਦਾ ਰੋਲ ਘੈਂਟ ਬਾਈ ਪਹਿਲੇ ਵਾਲੀ ਵਾਰਨਿੰਗ ਤੋਂ ਜ਼ਿਆਦਾ ਇਹ ਵਾਲੀ ਘੈਂਟ ਹੈ ਕਿ ਪਹਿਲੇ ਦੀ ਘੈਂਟ ਦੋਨੇ ਹੀ ਸਿਰਾਂ ਨੇ ਬਾਈ ਨਜ਼ਾਰਾ ਆ ਗਿਆ ਕੇਜੇ ਦਾ ਰੋਲ ਬਾਈ ਕਿਵੇਂ ਲੱਗਿਆ ਤੀਜੀ ਦਾ ਸਿਰਾਂ ਨੇ ਪੰਮਾ ਵੀ ਸਿਰਾਂ ਤਰਾ ਬਾਈ ਤੀਜੀ ਦੀ ਵੇਟ ਹਾਂ ਬਹੁਤ ਵੇਟ ਹੈ ਬਾਈ ਕਿਵੇਂ ਲੱਗੀ ਤੀਜੀ ਜਲਦੀ ਬਣਾਉਣਾ ਦਾ ਠੀਕ ਹੈ ਬਾਈ ਕਿਵੇਂ ਲੱਗੀ ਫਿਲਮ ਬਾਈ ਕਿਵੇਂ ਲੱਗੀ ਵਾਰਨਿੰਗ ਕਿਵੇਂ ਲੱਗੀ ਘੈਂਟ ਆ ਪੰਮੇ ਨੇ ਬਾਈ ਕੰਮ ਕਿਵੇਂ ਆ ਘੈਂਟ ਬਾਈ ਠੀਕ ਸੀ ਫਿਲਮ ਠੀਕ ਸੀ ਪੰਮੇ ਨੇ ਘੈਂਟ ਕੰਮ ਕੀਤਾ ਹਾਂਜੀ ਹਾਂਜੀ ਬਾਈ ਕਿਹੜੀ ਚੀਜ਼ ਘੈਂਟ ਲੱਗੀ ਸਭ ਦੀ ਐਕਟਿੰਗ ਵਧੀਆ ਬਾਈ ਰਾਜ ਸਿੰਘ ਚੜ੍ਹਾਈ ਦੀ ਐਕਟਿੰਗ ਵਾਲੀ ਬੜੀ ਸੀ ਅੱਛਾ ਗਿੱਪੀ ਬਾਈ ਦੀ ਗਿੱਪੀ ਵਾਲੀ ਦੀ ਵਧੀਆ ਜਿਹਨੇ ਕਮਾਲ ਕੀਤਾ ਹਾਂਜੀ ਹਾਂਜੀ ਬਾਈ ਵਧੀਆ ਠੀਕ ਹੈ ਬਾਈ ਕਿਵੇਂ ਲੱਗੀ ਵਧੀਆ ਸੀ ਠੀਕ ਸੀ ਹੋਰ ਤਾਂ ਨਹੀਂ ਹੋਏ ਥੋੜਾ ਜਿਹਾ ਕਿਉਂਕਿ ਥਰਡ ਪਾਰਟ ਆ ਰਿਹਾ ਪੰਮੀ ਨੇ ਐਕਟਿੰਗ ਕਿਵੇਂ ਉਹ ਵਧੀਆ ਸੀ
ਗੇਜੇ ਦਾ ਰੋਲ ਕਿਵੇਂ ਲੱਗਿਆ? ਬਹੁਤ ਘੈਂਟ। ਇਹ ਹਿੱਟ ਹੋਊਗੀ ਫਿਲਮ? ਕਹਿ ਸਕਦੇ ਹਾਂ। ਸੋ ਇਹ ਸੀਗਾ ਜੀ ਵਾਰਨਿੰਗ 2 ਫਿਲਮ ਦਾ ਰਿਵਿਊ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਹੋਏਗਾ, ਐਂਡ ਆਈ ਹੋਪ ਤੁਹਾਨੂੰ ਵਾਰਨਿੰਗ ਫਿਲਮ ਵੀ ਪਸੰਦ ਆਈ ਹੋਏਗੀ, ਮਤਲਬ ਵਾਰਨਿੰਗ 2 ਫਿਲਮ ਪਸੰਦ ਆਈ ਹੋਏਗੀ। ਆਪਣੇ ਕਮੈਂਟਸ ਰਿਵਿਊਜ਼ ਜ਼ਰੂਰ ਸਾਨੂੰ ਦੱਸਿਓ, ਐਂਡ ਜੇ ਫਿਲਮ ਚੰਗੀ ਲੱਗੀ ਹੈ ਤਾਂ ਜ਼ਰੂਰ ਯੂਨੋ ਥੀਏਟਰਸ ਦੇ ਵਿੱਚ ਦੇਖ ਕੇ ਆਓ, ਐਂਡ ਖੂਬ ਤੁਸੀਂ ਪਿਆਰ ਦਿਓ ਜੀ ਪੰਜਾਬੀ ਸਿਨੇਮਾ ਨੂੰ ਐਂਡ ਪੰਜਾਬੀ ਫਿਲਮਾਂ ਨੂੰ। ਧੰਨਵਾਦ।